ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇੱਕ ਹੋਰ ਨਵੇਂ ਬਲੌਗ 'ਚ। ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ। ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ, ਅਤੇ ਚੱਲਦੇ ਹਾਂ ਆਪਾਂ ਅੰਦਰ ਦੇ ਸਾਹਮਣੇ ਆਪਣੇ ਬਿਲਕੁਲ ਗੁਰਦੁਆਰਾ ਸਾਹਿਬ ਆ, ਅਤੇ ਚੱਲਦੇ ਹਾਂ ਅਤੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ। ਲਓ ਵੀ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ, ਅਤੇ ਇੱਧਰ ਮਗਰ ਪਾਰ ਕਰਤੀ ਗੱਡੀ, ਇੱਧਰ ਸਾਹਮਣੇ ਆ ਗੁਰਦੁਆਰਾ ਸਾਹਿਬ, ਆਪਾਂ ਚੱਲਦੇ ਹਾਂ ਅੰਦਰ ਅਤੇ ਤੁਹਾਨੂੰ ਆਪਾਂ ਦਰਸ਼ਨ ਕਰਾਉਂਦੇ ਹਾਂ। ਅਤੇ ਸਾਹਮਣੇ ਬਿਲਕੁਲ ਠੰਡੇ ਜਲ ਦੀ ਸਵੀਲ, ਉੱਥੇ ਠੰਡਾ ਜਲ ਪੀ ਸਕਦੇ ਹੋ ਆ ਕੇ। ਅਤੇ ਇੱਧਰ ਆ ਗੁਰਦੁਆਰਾ ਸਾਹਿਬ, ਇੱਥੋਂ ਆਪਾਂ ਕਰਾਂਗੇ ਐਂਟਰੀ, ਅਤੇ ਅੰਦਰ ਹੀ ਆ ਜੋੜਾ ਘਰ, ਉੱਥੇ ਆਪਾਂ ਆਪਣੇ ਬੂਟ ਨੇੜੇ ਆ ਚੱਪਲਾਂ ਨੂੰ ਜਮ੍ਹਾਂ ਕਰਾ ਦਾਂਗੇ। ਅਤੇ ਇੱਧਰ ਆ ਜੀ ਜੋੜਾ ਘਰ, ਘਰ ਪਹਿਲਾਂ ਇੱਧਰ ਹੁੰਦਾ ਸੀ ਅਤੇ ਹੁਣ ਹੈਗਾ ਇੱਧਰਲੀ ਸਾਈਡ। ਹੁਣ ਆਪਾਂ ਇੱਧਰ ਚੱਲਦੇ ਹਾਂ, ਜੋੜੇ ਘਰ 'ਚ ਪਹਿਲਾਂ ਆਪਣੇ ਜੋੜੇ ਜਮ੍ਹਾਂ ਕਰਾਉਂਦੇ ਹਾਂ, ਅਤੇ ਫਿਰ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਮੱਥਾ ਟੇਕਣ। ਵਾਹਿਗੁਰੂ। ਅਤੇ ਹੁਣ ਜੋੜਾ ਘਰ ਇੱਧਰ ਆ ਜੀ, ਅਤੇ ਸਾਹਮਣੇ ਆ ਦਰਬਾਰ ਸਾਹਿਬ, ਇੱਧਰੋਂ ਆਪਾਂ ਜੋੜੇ ਘਰ 'ਚ ਜੋੜੇ ਜਮ੍ਹਾਂ ਕਰਾ ਦੇ, ਅਤੇ ਹੁਣ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਮੱਥਾ ਟੇਕਦੇ ਹਾਂ। ਇਸ ਸਥਾਨ 'ਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ। ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਜੀ। ਹੋ
ਲਓ ਜੀ ਆਪਾਂ ਮੱਥਾ ਟੇਕ ਕੇ ਆ ਗਏ ਬਾਹਰ ਅਤੇ ਹੁਣ ਆਪਾਂ ਚੱਲਦੇ ਹਾਂ ਠੰਡੇ ਬੁਰਜ ਅਤੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਅਤੇ ਬਾਕੀ ਮੌਸਮ ਕੁਛ ਠੀਕ ਆ ਧੁੱਪ ਨਹੀਂ ਹੈਗੀ ਅਤੇ ਹੁਣ ਆਪਾਂ ਗੁਰਦੁਆਰਾ ਸੀਸ ਗੰਜ ਸਾਹਿਬ ਜੋ ਕਿ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਸਥਾਨ ਬਣਿਆ ਹੋਇਆ ਉੱਥੇ ਆਏ ਹਾਂ ਜੀ ਮੱਥਾ ਟੇਕਣ ਅਤੇ ਇੱਥੇ ਜਿਵੇਂ ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ਲਿਖ ਕੇ ਦੱਸਿਆ ਗਿਆ ਗੁਰਦੁਆਰਾ ਸੀਸ ਗੰਜ ਸਾਹਿਬ ਦਾ ਤੁਸੀਂ ਪੜ੍ਹ ਸਕਦੇ ਹੋ ਕਿ ਸਰਹੰਦ ਫਤਿਹ ਦੌਰਾਨ ਹੋਈ ਜੰਗ ਵਿੱਚ ਸ਼ਹੀਦ ਹੋਏ 6000 ਸਿੰਘਾਂ ਦਾ ਸੰਸਕਾਰ ਸੀ ਇੱਥੇ ਇਸ ਸਥਾਨ 'ਤੇ ਕੀਤਾ ਗਿਆ ਸੀ ਅਤੇ ਹੁਣ ਆਪਾਂ ਚੱਲਦੇ ਹਾਂ ਠੰਡੇ ਬੁਰਜ ਬਾਕੀ ਇੱਧਰ ਗੁਰਦੁਆਰਾ ਸਾਹਿਬ ਅਤੇ ਕਾਫੀ ਸੰਗਤ ਆਈ ਹੋਈ ਆ ਅੱਜ ਐਤਵਾਰ ਵੀ ਆ ਅਤੇ ਉਹ ਵੀ ਕਾਫੀ ਸੰਗਤ ਆਈ ਹੋਈ ਅੱਜ ਅਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਠੰਡੇ ਬੁਰਜ ਦੇ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਅਤੇ ਇੱਧਰ ਅੰਦਰ ਵੀ ਪਾਰਕਿੰਗ ਹੈਗੀ ਗੱਡੀਆਂ ਦੀ ਅਤੇ ਬਾਕੀ ਪਾਰਕਿੰਗ ਵੈਸੇ ਫੁੱਲ ਆ ਜਿਵੇਂ ਪਹਿਲਾਂ ਵੀ ਦੱਸਤਾ ਜੀ ਸੰਡੇ ਕਰਕੇ ਸੰਗਤ ਥੋੜ੍ਹੀ ਜ਼ਿਆਦਾ ਆਈ ਹੋਈ ਹੈ ਐਤਵਾਰ ਅੱਜ ਅਤੇ ਬਾਕੀ ਬਾਹਰ ਵੀ ਹੈਗੀ ਆ ਅਤੇ ਬਾਹਰ ਵੀ ਤੁਸੀਂ ਗੱਡੀ ਪਾਰਕ ਕਰ ਸਕਦੇ ਹੋ ਅੰਦਰ ਵੀ ਕਰ ਸਕਦੇ ਹੋ ਅਤੇ ਬਾਕੀ ਇੱਧਰ ਸਰੋਵਰ ਆ ਜੀ ਅਤੇ ਆਪਾਂ ਆ ਗਏ ਗੁਰਦੁਆਰਾ ਸਾਹਿਬ ਤੋਂ ਅਤੇ ਹੁਣ ਆਪਾਂ ਠੰਡੇ ਬੁਰਜ ਵੱਲ ਜਾ ਰਹੇ ਹਾਂ ਅਤੇ ਆਹ ਰਸਤਾ ਜਾ ਰਿਹਾ ਠੰਡੇ ਬੁਰਜ ਨੂੰ ਅਤੇ ਤੁਹਾਨੂੰ ਆਪਾਂ ਦਰਸ਼ਨ ਕਰਾਉਂਦੇ ਹਾਂ ਲਓ ਜੀ ਸਾਹਮਣੇ ਆਪਣੇ ਠੰਡਾ ਬੁਰਜ ਅਤੇ ਇਤਿਹਾਸ ਸਾਰਾ ਦੱਸਿਆ ਹੋਇਆ ਦਸ ਉਹ ਸਮੇਂ 1765 1704 ਈਸਵੀ ਤੋਂ 3 ਦਿਨ ਕਣਕ ਦੀ ਖੰਡ ਵਿੱਚ ਭੁੱਖੇ ਭਾਣਿਆਂ ਨੂੰ ਕੈਦ ਕੀਤਾ ਗਿਆ ਸਿੱਖੀ ਤੋਂ ਦਿਲਾਉਣ ਲਈ ਅਤੇ ਈਨ ਮਨਾਉਣ ਲਈ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਇਸ ਸਥਾਨ ਤੋਂ ਜਾਨਮ ਸਪਾਹੀ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਲੈ ਜਾਂਦੇ ਰਹੇ ਅੰਤ 1300 ਨੂੰ ਇੱਥੋਂ ਹੀ ਸਾਹਿਬਜ਼ਾਦਿਆਂ ਨੂੰ ਮਾਤਾ ਅਤੇ ਮਾਤਾ ਜੀ ਤੋਂ ਵੱਖ ਕਰਕੇ ਸ਼ਹੀਦ ਕੀਤਾ ਗਿਆ ਇਸੇ ਹੀ ਸਥਾਨ 'ਤੇ ਬਿਰਧ ਮਾਤਾ ਗੁਜਰੀ ਜੀ ਹਕੂਮਤ ਦੇ ਜ਼ੁਲਮੋਂ ਸਿੱਧਾਂ ਨੂੰ ਆਪਣੇ ਘਰ ਦੇ ਸਬਰ ਨਾਲ ਸਹਾਰਦੇ ਹੋਏ ਸ਼ਹੀਦ ਹੋ ਗਏ ਇਸੇ ਸਥਾਨ 'ਤੇ ਗੁਰੂ ਘਰ ਨਾਲ ਪੁਸ਼ਤੈਲੀ ਪ੍ਰੀਤ ਨਿਭਾਉਂਦਿਆਂ ਭਾਈ ਮੋਤੀ ਰਾਮ ਜੀ ਮਹਿਰਾ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਦੀ ਸੇਵਾ ਕੀਤੀ ਲਓ ਜੀ ਠੰਡਾ ਬੁਰਜ ਧੰਨ ਧੰਨ ਜਗਤ ਮਾਤਾ ਗੁਜਰੀ ਜੀ ਧੰਨ ਧੰਨ ਬਾਬਾ ਜ਼ੋਰਾਵਰ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ ਇੱਥੇ ਇਹਨਾਂ ਨੂੰ ਇੱਥੇ ਹੀ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਕੈਦ ਕਰਕੇ ਰੱਖ ਦਿੱਤਾ ਸੀ
ਆਪਾਂ ਮੱਥਾ ਟੇਕ ਕੇ ਆ ਗਏ ਬਾਹਰ ਇੱਧਰ ਨਿਸ਼ਾਨ ਸਾਹਿਬ ਕਰੋ ਜੀ ਦਰਸ਼ਨ। ਅਤੇ ਇਸ ਸਥਾਨ 'ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ, ਬਾਬਾ ਜੋਰਾਵਰ ਜੀ, ਬਾਬਾ ਫਤਿਹ ਸਿੰਘ ਜੀ। ਅਤੇ ਫਤਿਹਗੜ੍ਹ ਸਾਹਿਬ ਦੇ ਕੋਲ ਜੋ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਸਾਰੇ ਆਪ ਤੁਹਾਨੂੰ ਆਪਾਂ ਅੱਜ ਦਿਖਾਵਾਂਗੇ। ਅਤੇ ਜਿੱਥੇ ਦੀਵਾਨ ਟੋਡਰਮੱਲ ਜੀ ਵੱਲੋਂ ਮੋਹਰਾਂ ਖੜੀਆਂ ਕਰਕੇ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਜਗ੍ਹਾ ਖਰੀਦੀ ਤੀ, ਉਹ ਜਗ੍ਹਾ ਦੇ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ। ਜਿਹੜੀ ਦੁਨੀਆ ਤੋਂ ਸਭ ਤੋਂ ਮਹਿੰਗੀ ਜਗ੍ਹਾ ਉਹਦੇ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਜੀ। ਅਤੇ ਇਸ ਟਾਈਮ ਆਪਾਂ ਠੰਡੇ ਬੁਰਜ 'ਚ, ਇੱਥੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ ਕੈਦ ਕਰਕੇ। ਵਾਹਿਗੁਰੂ। ਲਓ ਜੀ, ਇਹ ਆ ਗੁਰਦੁਆਰਾ ਸਾਹਿਬ ਦਾ ਸਰੋਵਰ ਸਾਹਿਬ। ਲਓ ਜੀ, ਇਹ ਆ ਗੁਰਦੁਆਰਾ ਸਾਹਿਬ ਦਾ ਸਰੋਵਰ। ਲਓ ਜੀ, ਆਪਾਂ ਗੁਰਦੁਆਰਾ ਸਾਹਿਬ ਲੰਗਰ ਸਾਹਿਬ 'ਚ ਲੰਗਰ ਛਕ ਲਿਆ ਜੀ। ਅਤੇ ਹੁਣ ਆਪਾਂ ਚੱਲਦੇ ਹਾਂ। ਅਤੇ ਹੁਣ ਧੁੱਪ ਨਿਕਲੇ ਜੀ, ਪਹਿਲਾਂ ਮੌਸਮ ਸਹੀ ਸੀ। ਅਤੇ ਬਾਕੀ ਆਪਣੇ ਮਗਰਾ ਸਾਹਿਬ ਲੰਗਰ ਹਾਲ ਜੀ, ਅਤੇ ਹੁਣ ਆਪਾਂ ਚੱਲਦੇ ਹਾਂ। ਲਓ ਜੀ, ਹੁਣ ਆਪਾਂ ਚੱਲਦੇ ਹਾਂ ਜੋੜੇ ਘਰ ਵੱਲ, ਅਤੇ ਆਪਣੇ ਜੋੜੇ ਕਢਵਾਉਂਦੇ ਹਾਂ। ਅਤੇ ਆ ਨੀਚੇ ਪੈਰ ਮੱਚਣ ਤੋਂ ਮੈਟ ਵਿਛਾਏ ਨੇ ਜਾਂ ਟਾਟ ਵਿਛਾਏ ਹੋਏ ਨੇ, ਵੀ ਪੈਰ ਨਾ ਗਰਮ ਹੋਣ, ਪੈਰਾਂ ਨੂੰ ਛੇਕ ਨਾ ਲੱਗੇ। ਲਓ ਜੀ, ਆਪਾਂ ਆ ਗਏ ਗੁਰਦੁਆਰਾ ਸਾਹਿਬ ਤੋਂ ਬਾਹਰ, ਅਤੇ ਸਾਹਮਣੇ ਲੱਗੇ ਹੋਏ ਨੇ ਫਾਟਕ, ਅਤੇ ਉੱਧਰੋਂ ਆ ਰਹੀ ਆ ਟ੍ਰੇਨ, ਟ੍ਰੇਨ ਦੀ ਆਵਾਜ਼ ਆਉਂਦੀ ਹੋਊਗੀ। ਹੁਣ ਆਪਾਂ ਚੱਲਦੇ ਹਾਂ ਅਗਲੇ ਗੁਰਦੁਆਰਾ ਸਾਹਿਬ ਅਤੇ ਤੁਹਾਨੂੰ ਦਰਸ਼ਨ ਕਰਾਉਂਦੇ। ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਆਪਾਂ ਮੱਥਾ ਟੇਕ ਕੇ ਆ ਗਏ ਹੁਣ ਬਾਬਾ ਮੋਤੀ ਮਹਿਰਾ ਜੀ, ਗੁਰਦੁਆਰਾ ਬਾਬਾ ਮੋਤੀ ਮਹਿਰਾ ਜੀ ਆ ਗਏ ਸਾਹਮਣੇ ਆਪਣੇ ਗੁਰਦੁਆਰਾ ਸਾਹਿਬ। ਅਤੇ ਪਿੱਛੇ ਹੀ ਉਹ ਫਾਟਕ ਲੰਘ ਕੇ ਨਾਲ ਹੀ ਗੁਰਦੁਆਰਾ ਸਾਹਿਬ ਨੇ, ਅਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨਾਲ ਹੀ ਇਹ ਗੁਰਦੁਆਰਾ ਸਾਹਿਬ ਆਪਾਂ ਚੱਲਦੇ ਹਾਂ ਅਤੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਅਤੇ ਇੱਥੇ ਉਹ ਗਲਾਸ ਪਏ ਨੇ ਜਿਹਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਦੁੱਧ ਲੈ ਕੇ ਜਾਂਦੇ ਸੀ, ਅਤੇ ਆਪਾਂ ਤੁਹਾਨੂੰ ਗਲਾਸ ਵੀ ਦਿਖਾਵਾਂਗੇ, ਅਤੇ ਬਣੇ ਰਹੇ ਵੀਡੀਓ ਨਾਲ ਜੀ। ਲਓ ਜੀ, ਸਾਹਮਣੇ ਆਪਣੇ ਬਿਲਕੁਲ ਗੁਰਦੁਆਰਾ ਸਾਹਿਬ ਆ ਬਾਬਾ ਮੋਤੀ ਰਾਮ ਮਹਿਰਾ ਸ਼੍ਰੀ ਫਤਿਹਗੜ੍ਹ ਸਾਹਿਬ, ਸਾਹਮਣੇ ਆ ਗੁਰਦੁਆਰਾ ਸਾਹਿਬ। ਸਤਿ ਨਾਮ ਹਰਿ ਗੁਰੂ।
ਹੁਣ ਤੁਸੀਂ ਜਿਹੜੇ ਪਵਿੱਤਰ ਗਲਾਸਾਂ ਦੇ ਦਰਸ਼ਨ ਕਰ ਰਹੇ ਹੋ ਜੀ, ਇਹ ਉਹੀ ਗਲਾਸ ਨੇ ਜਿਹਦੇ 'ਚ ਛੋਟੇ ਸਾਹਿਬਜ਼ਾਦਿਆਂ ਨੂੰ ਭਾਈ ਮੋਤੀ ਰਾਮ ਮਹਿਰਾ ਜੀ ਦੁੱਧ ਪਿਲਾ ਕੇ ਆਉਂਦੇ ਸੀ। ਲਓ ਜੀ, ਆਪਾਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਆ ਗਏ ਅਤੇ ਯਾਦਗਾਰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਇਹ ਗੁਰਦੁਆਰਾ ਸਾਹਿਬ ਤੁਸੀਂ ਜ਼ਰੂਰ ਆਇਓ ਦਰਸ਼ਨ ਕਰਕੇ ਜਾਇਆ ਕਰੋ। ਜੇ ਤੁਸੀਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਆਉਂਦੇ ਹੋ ਤਾਂ ਬਿਲਕੁਲ ਨਾਲ ਹੀ ਗੁਰਦੁਆਰਾ ਸਾਹਿਬ ਨੇ, ਤਾਂ ਜ਼ਰੂਰ ਆਇਓ ਜੀ। ਅਤੇ ਹੁਣ ਆਪਾਂ ਚੱਲਦੇ ਹਾਂ ਅਗਲੇ ਗੁਰਦੁਆਰਾ ਸਾਹਿਬ। ਲਓ ਜੀ, ਫਤਿਹਗੜ੍ਹ ਸਾਹਿਬ ਦੇ ਵਿੱਚ ਹੀ ਆਪਾਂ ਹੁਣ ਗੁਰਦੁਆਰਾ ਪਹੁੰਚ ਚੁੱਕੇ ਹਾਂ, ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਦੀਵਾਨਗੜ੍ਹ ਸਾਹਿਬ। ਅਤੇ ਇਹਦਾ ਜੋ ਇਤਿਹਾਸ ਆ ਉਹ ਇੱਥੇ ਲਿਖਿਆ, ਮੈਂ ਤੁਹਾਨੂੰ ਸਾਰਾ ਦੱਸ ਦਿੰਦਾ। ਅਤੇ ਬਾਕੀ ਆਪਾਂ ਸਫਰੇ ਸ਼ਹਾਦਤ ਕੀਤਾ, ਤੁਸੀਂ ਉੱਥੇ ਜਾ ਕੇ ਸਾਰੇ ਗੁਰਦੁਆਰੇ ਦੇਖ ਵੀ ਸਕਦੇ ਹੋ। ਲਓ ਜੀ, ਹੁਣ ਆਪਾਂ ਚੱਲਦੇ ਅੰਦਰ ਮੱਥਾ ਟੇਕਦੇ। ਲਓ ਜੀ, ਸਾਹਮਣੇ ਆ ਦਰਬਾਰ ਸਾਹਿਬ, ਕਿ ਜਿਵੇਂ ਇਤਿਹਾਸ ਦੇ ਵਿੱਚ ਦੱਸਿਆ ਹੋਇਆ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ। ਇੱਥੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀਆਂ ਪਵਿੱਤਰ ਦੇਹਾਂ ਪਈਆਂ ਸੀਆਂ ਅਤੇ ਉਹ ਹੰਸਲਾ ਨਦੀ ਵੀ ਤੁਹਾਨੂੰ ਦਿਖਾਵਾਂਗੇ। ਥੜਾ ਮਾਤਾ ਗੁਜਰੀ ਜੀ, ਇੱਥੇ ਮਾਤਾ ਗੁਜਰੀ ਜੀ ਉਹ ਟਾਈਮ ਦੇ ਵਿੱਚ ਉਹਨਾਂ ਦੀ ਜੋ ਪਵਿੱਤਰ ਦਿੱਤੀ ਇੱਥੇ ਬਹਿਤੀ ਗਵਾਏ ਗਏ ਅਤੇ ਉਸ ਟਾਈਮ ਸ਼ੇਰਾਂ ਨੇ ਰਾਖੀ ਕਰੀ ਦਿੱਤੀ। ਲਓ ਜੀ, ਬਾਬਾ ਜ਼ੋਰਾਵਰ ਸਿੰਘ ਜੀ ਦਾ ਅਤੇ ਬਾਬਾ ਫਤਿਹ ਸਿੰਘ ਜੀ। ਅਤੇ ਉਸ ਟਾਈਮ ਇੱਥੇ ਹੰਸਲਾ ਨਦੀ ਚੱਲਦੀ ਹੁੰਦੀ ਸੀ ਅਤੇ ਅੱਜ ਇੱਥੇ ਗੁਰਦੁਆਰਾ ਸਾਹਿਬ ਸਜੋਤ ਨੇ। ਉਸ ਟਾਈਮ ਇੱਥੇ ਜੰਗਲ ਹੁੰਦਾ ਸੀ ਅਤੇ ਹੰਸਲਾ ਨਦੀ ਉਹ ਟਾਈਮ ਦੇ ਵਿੱਚ ਚੱਲ ਰਹੀ ਸੀ। ਹੁਣ ਆਪਾਂ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਸਾਹਮਣੇ ਗੁਰਦੁਆਰਾ ਸਾਹਿਬ ਆ, ਚੱਲਦੇ ਹਾਂ। ਅਤੇ ਇੱਥੇ ਲੱਗੀ ਹੋਈ ਆ ਠੰਡੇ ਮਿੱਠੇ ਨਿੰਬੂ ਪਾਣੀ ਦੀ ਛਬੀਲ, ਅਤੇ ਬਾਕੀ ਇੱਧਰ ਵੀ ਚੱਲਦੀ ਆ ਅਤੇ ਆਪਾਂ ਪੀਂਦੇ ਹਾਂ ਨਿੰਬੂ ਪਾਣੀ, ਗਰਮੀ ਬਹੁਤ ਜ਼ਿਆਦਾ ਆ। ਫਿਰ ਆਪਾਂ ਚੱਲਦੇ ਹਾਂ ਅੰਦਰ ਮੱਥਾ ਟੇਕਣ। ਲਓ ਜੀ, ਚੱਲਦੇ ਹਾਂ ਆਪਾਂ ਅੰਦਰ ਗੁਰਦੁਆਰਾ ਸਾਹਿਬ ਦੇ ਅਤੇ ਮੱਥਾ ਟੇਕਦੇ ਹਾਂ ਦਰਬਾਰ ਸਾਹਿਬ 'ਚ। ਇਹ ਆ ਜੀ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ, ਇੱਥੇ ਹੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਪਵਿੱਤਰ ਪੀਰਾਂ ਦਾ ਸੰਸਕਾਰ ਇਸ ਜਗ੍ਹਾ ਦੇ ਉੱਤੇ ਇਸ ਸਥਾਨ 'ਤੇ ਕੀਤਾ ਗਿਆ ਸੀ। ਬਾਕੀ ਮੂਹਰੇ ਜੋ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਉਹ ਲਿਖਿਆ ਹੋਇਆ
ਦੀਵਾਨ ਟੋਡਰਮੱਲ ਜੀ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਗ੍ਹਾ ਮੁੱਲ ਖਰੀਦੀ ਸੀ। ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਜੀ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰਦੁਆਰਾ ਜੋਤੀ ਸਰੂਪ ਸਾਹਿਬ। ਚੱਲਦੇ ਹਾਂ ਆਪਾਂ ਦਰਬਾਰ ਸਾਹਿਬ 'ਚ ਮੱਥਾ ਟੇਕ। ਲਓ ਜੀ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਬਾਹਰ ਆ ਗਏ ਅਤੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਟੋਡਰਮੱਲ ਨੇ ਮੋਹਰਾਂ ਖੜੀਆਂ ਕਰਕੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਦੇ ਸੰਸਕਾਰ ਲਈ ਜਗ੍ਹਾ ਖਰੀਦੀ ਸੀ। ਅਤੇ ਬਾਕੀ ਇੱਧਰ ਸਵੀਰ ਲੱਗੀ ਹੋਈ ਆ ਠੰਡੇ ਮਿੱਠੇ ਜਲ ਦੀ। ਅਤੇ ਬਾਕੀ ਇਹ ਸਾਰੀ ਇੱਧਰ ਪਾਰਕਿੰਗ, ਇੱਧਰ ਗੱਡੀਆਂ ਖੜੀਆਂ ਨੇ, ਬਾਕੀ ਅੱਗੇ ਹੀ ਪਾਰਕਿੰਗ ਹੈ ਅਤੇ ਅੱਜ ਸੰਗਤ ਦਾ ਇਕੱਠ ਬਹੁਤ ਆ। ਆਪਾਂ ਪਹੁੰਚ ਚੁੱਕੇ ਹਾਂ ਘਰੇ ਗੁਰਦੁਆਰਾ ਸਾਹਿਬ ਤੋਂ, ਆਪਾਂ ਘਰੇ ਆ ਗਏ ਅਤੇ ਅੱਜ ਦੇ ਵਲੌਗ ਨੂੰ ਪੈਂਡ ਕਰਦੇ ਹਾਂ। ਜੇ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ, ਅਤੇ ਮਿਲਦੇ ਹਾਂ ਨਵੀਂ ਵੀਡੀਓ 'ਚ।